23 ਜਨਵਰੀ ਨੂੰ ਅਜਨਾਲਾ ਦੇ ਪਿੰਡ ਪੁੰਗਾ ਦੇ ਅੰਦਰ ਐਸਟੀਐਫ ਬਾਰਡਰ ਰੇਂਜ ਦੀ ਟੀਮ ਤੇ ਗੋਲੀਆਂ ਚਲਾ ਕੇ ਭੱਜਣ ਦੀ ਕੋਸ਼ਿਸ਼ ਕਰਦਿਆਂ ਕਰੋੜਾਂ ਰੁਪਏ ਦੇ ਹੀਰੋਇਨ ਤੇ ਨਜਾਇਜ਼ ਦੇਸੀ ਪਿਸਤੌਲ ਸਮੇਤ ਕਾਬੂ ਕੀਤੇ ਗਏ ਸੋਨੂ ਮਸੀਹ ਦੇ ਮਾਮਲੇ ਵਿੱਚ ਅੱਜ ਐਸਟੀਐਫ ਬਾਰਡਰ ਰੇਂਜ ਦੀ ਟੀਮ ਵੱਲੋਂ ਅਜਨਾਲਾ ਦੇ ਪਿੰਡ ਡੱਬਰ ਦੇ ਇੱਕ ਹੋਰ ਵਿਅਕਤੀ ਕਰਮਜੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਸਦੇ ਕੋਲੋਂ ਅਸਲਾ ਵੀ ਬਰਾਮਦ ਹੋਇਆ ਹੈ। ਅਜਨਾਲਾ ਦੇ ਪਿੰਡ ਪੁੰਗਾ ਦੇ ਨਜ਼ਦੀਕ ਪੁਲਿਸ ਪਾਰਟੀ ਤੇ ਗੋਲੀਆਂ ਚਲਾ ਕੇ ਭੱਜ ਰਹੇ ਸੋਨੂ ਮਸੀਹ ਪੁੱਤਰ ਰੂਪਾ ਮਸੀਹ ਵਾਸੀ ਪਿੰਡ ਖਾਨਵਾਲ ਨੂੰ 1 ਕਿਲੋ 100 ਗ੍ਰਾਮ ਹੈਰੋਇਨ ਅਤੇ ਨਜਾਇਜ਼ ਦੇਸੀ ਪਿਸਤੌਲ ਸਮੇਤ ਕਾਬੂ ਕਰਕੇ ਉਸਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਸੀ, ਜਿਸ ਦੌਰਾਨ ਹੀ ਸੋਨੂ ਮਸੀਹ ਨੇ ਦੱਸਿਆ ਸੀ ਕਿ ਉਹ ਇਹ ਹੈਰੋਇਨ ਕਰਮਜੀਤ ਸਿੰਘ ਕੰਮਾ ਪੁੱਤਰ ਹੀਰਾ ਸਿੰਘ ਵਾਸੀ ਪਿੰਡ ਡੱਬਰ ਬਸਤੀ ਕੋਲੋਂ ਲੈਂਦਾ ਹੈ। ਅੱਜ ਪੁਲਿਸ ਨੇ ਇਸ ਨੂੰ ਕਾਬੂ ਕੀਤਾ ਹੈ। ਇਸ ਤੋਂ ਇਸਦੇ ਕੋਲੋਂ 1 ਪਿਸਤੌਲ ਤੇ 1 ਦੇਸੀ ਕੱਟਾ ਤੇ ਕਈ ਰਾਊਂਡ ਵੀ ਬਰਾਮਦ ਕੀਤੇ ਗਏ ਹਨ। ਅਜਨਾਲਾ ਤੋਂ ਅਜੇ ਸ਼ਰਮਾ ਦੀ ਰਿਪੋਰਟ, ਪੰਜਾਬ ਟੂਡੇ।